ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਔਰ ਅੱਜ ਫਿਰ ਇੱਕ ਸ਼ਾਨਦਾਰ ਜ਼ਬਰਦਸਤ ਵੀਡੀਓ ਲੈ ਕੇ ਹਾਜ਼ਰ ਹੋਇਆ ਤੁਹਾਡੇ ਕੋਲ। ਔਰ ਅੱਜ ਦਾ ਵੀਡੀਓ ਜਿਹੜਾ ਹੈ ਉਹਨਾਂ ਵਾਸਤੇ ਵਾਕਈ ਵਰਦਾਨ ਸਾਬਿਤ ਹੋਏਗਾ ਜਿਹਨਾਂ ਨੂੰ ਯੂਰਿਕ ਐਸਿਡ ਦੀ ਬੜੀ ਸਮੱਸਿਆ ਹੈ। ਯੂਰਿਕ ਐਸਿਡ ਇੱਕ ਐਸਾ ਵੇਸਟ ਪ੍ਰੋਡਕਟ ਹੈ ਸਰੀਰ ਦੇ ਅੰਦਰ ਜਿਹੜਾ ਕਿ ਜਦੋਂ ਯੂਰਿਕ ਐਸਿਡ ਸਰੀਰ ਦੇ ਅੰਦਰ ਵੱਧ ਜਾਂਦਾ ਅਤੇ ਉਸ ਤੋਂ ਬਾਅਦ ਸਾਡੇ ਜੋੜਾਂ ਦੇ ਦਰਦ ਵੱਧ ਜਾਂਦੇ, ਗੋਡਿਆਂ 'ਚ ਦਰਦ ਆ ਜਾਏਗਾ, ਛੋਟੇ ਜੋੜਾਂ 'ਚ ਦਰਦ ਆ ਜਾਏਗਾ। ਕਿਉਂ? ਕਿਉਂਕਿ ਕਿਡਨੀ ਜਿਹੜੀ ਹੈ ਉਹ ਪ੍ਰੋਪਰ ਫਿਲਟਰ ਨਹੀਂ ਕਰ ਪਾਉਂਦੀ, ਕਿਡਨੀ ਦੀ ਫੰਕਸ਼ਨਿੰਗ ਜਿਹੜੀ ਹੈ ਉਹ ਓਨੀ ਵਧੀਆ ਨਹੀਂ ਰਹਿੰਦੀ ਜਿੰਨੀ ਕੁ ਹੋਣੀ ਚਾਹੀਦੀ ਹੈ। ਬਹੁਤ ਸਾਰੇ ਐਸੇ ਖਾਣੇ ਹੁੰਦੇ ਆ ਜਿਨ੍ਹਾਂ ਦੇ ਅੰਦਰ ਪਿਊਰਿਨਸ ਪਾਏ ਜਾਂਦੇ ਆ, ਔਰ ਜਦੋਂ ਪਿਊਰਿਨਸ ਬ੍ਰੇਕਡਾਊਨ ਹੁੰਦੇ ਆ ਤਾਂ ਯੂਰਿਕ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ। ਔਰ ਜੇ ਪੂਰਾ ਯੂਰਿਕ ਐਸਿਡ ਬਾਹਰ ਨਾ ਨਿਕਲੇ ਕਿਸੇ ਵਜ੍ਹਾ ਦੇ ਨਾਲ ਤਾਂ ਫਿਰ ਉਹ ਅੰਦਰ ਹੀ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਆਪਾਂ ਰਿਪੋਰਟ ਕਰਾਉਂਦੇ ਹਾਂ ਸਾਨੂੰ ਪਤਾ ਲੱਗਦਾ ਕਿ ਯੂਰਿਕ ਐਸਿਡ ਹਾਈ ਹੈ, ਔਰ ਯੂਰਿਕ ਐਸਿਡ ਦੇ ਕ੍ਰਿਸਟਲਸ ਉਸ ਤੋਂ ਬਾਅਦ ਜਿਹੜੇ ਹੈ ਸਾਡੇ ਜੋੜਾਂ ਨੂੰ ਤੰਗ ਕਰਦੇ ਹੈ। ਸਿਮਟਮਸ ਕੀ ਹੈ? ਸਿਮਟਮ ਸੇਮ ਹੀ ਹੈ ਕਿ ਸਾਡੇ ਤਮਾਮ ਛੋਟੇ ਜੋੜ, ਵੱਡੇ ਜੋੜ, ਗੋਡੇ, ਜਿੱਥੇ ਜਿੱਥੇ ਵੀ ਤੁਹਾਡੇ ਜੁਆਇੰਟਸ ਹੈ ਉੱਥੇ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ, ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਸ ਤੋਂ ਇਲਾਵਾ ਜੋੜ ਜਿਹੜੇ ਹੈ ਉਹਨਾਂ 'ਚ ਲਾਲੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ, ਬਹੁਤ ਜ਼ਿਆਦਾ ਸਟਿਫਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ, ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਹੈ, ਰਾਈਟ? ਇਹ ਤਮਾਮ ਸਿਮਟਮਸ ਹੈ। ਜੇ ਤੁਹਾਡੇ ਨਾਲ ਵੀ ਕਦੀ ਇਸ ਤਰ੍ਹਾਂ ਦੇ ਸਿਮਟਮਸ ਆ ਰਹੇ ਹੈ ਤਾਂ ਆਪਣਾ ਯੂਰਿਕ ਐਸਿਡ ਜ਼ਰੂਰ ਟੈਸਟ ਕਰਾਓ ਤਾਂ ਕਿ ਪਤਾ ਲੱਗ ਸਕੇ ਕਿ ਉਦੋਂ ਆਪਾਂ ਟ੍ਰੀਟਮੈਂਟ ਕਿਸ ਤਰ੍ਹਾਂ ਕਰਨਾ। ਅੱਜ ਦੇ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗਾ ਕਿ ਐਸਾ ਇੱਕ ਮੈਜੀਕਲ ਗ੍ਰੇਨ, ਯਾਨੀ ਇੱਕ ਐਸਾ ਜਾਦੂਈ ਅਨਾਜ ਦੱਸਾਂਗਾ, ਇੱਕ ਐਸਾ ਅਨਾਜ ਦੱਸਾਂਗਾ ਜਿਹੜਾ ਯੂਰਿਕ ਐਸਿਡ ਨੂੰ ਖਤਮ ਕਰਨ 'ਚ ਤੁਹਾਡੀ ਜ਼ੋਰਦਾਰ ਮਦਦ ਕਰੇਗਾ। ਔਰ ਅੱਛੀ ਗੱਲ ਇਹ ਹੈ ਕਿ ਉਹਦਾ ਇੱਕ ਤਰੀਕਾ ਵੀ ਦੱਸਾਂਗਾ ਕਿ ਯੂਰਿਕ ਐਸਿਡ ਨੂੰ ਜੇ ਠੀਕ ਕਰਨਾ ਤਾਂ ਉਸ ਅਨਾਜ ਦਾ ਇਸਤੇਮਾਲ ਕਿਵੇਂ ਕਰਨਾ ਤਾਂ ਕਿ ਯੂਰਿਕ ਐਸਿਡ ਤੁਹਾਡਾ ਠੀਕ ਹੋ ਜਾਏ, ਦਿਨਾਂ 'ਚ ਹੀ ਠੀਕ ਹੋ ਜਾਏ, ਰਾਈਟ? ਔਰ ਇੱਕ ਹੋਮ ਰੈਮਿਡੀ ਵੀ ਦੱਸਾਂਗਾ, ਐਸੀ ਜ਼ੋਰਦਾਰ ਹੋਮ ਰੈਮਿਡੀ ਦੱਸਾਂਗਾ, ਮਜ਼ਾ ਆ ਜਾਏਗਾ, ਕਰਨਾ ਵੀ ਆਸਾਨ, ਬਣਾਉਣਾ ਵੀ ਆਸਾਨ, ਔਰ ਉਹਨੂੰ ਲੈਣਾ ਵੀ ਆਸਾਨ, ਰਾਈਟ? ਅਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰ ਲੈਂਦੇ ਹਾਂ ਯੂਰਿਕ ਐਸਿਡ ਦੇ ਬਾਰੇ। ਯੂਰਿਕ ਐਸਿਡ ਜਿਹੜਾ ਇੱਕ ਐਸਾ ਵੇਸਟ ਪ੍ਰੋਡਕਟ ਹੈ ਜਿਹੜਾ ਸਾਡੇ ਸਰੀਰ ਦੇ ਅੰਦਰ ਬਣਦਾ ਹੈ, ਰਾਈਟ? ਰਾਈਟ? ਲੇਕਿਨ ਇਹਨੂੰ ਆਪਾਂ ਹੁਣ ਵਧਾਉਣਾ ਨਹੀਂ, ਇਹਨੂੰ ਆਪਾਂ ਘਟਾਉਣਾ ਹੈ ਯੂਰਿਕ ਐਸਿਡ ਨੂੰ, ਠੀਕ ਹੈ? ਆਪਣੇ ਜਿਹੜੀ ਕਿਡਨੀ ਦੀ ਫਿਲਟਰ ਕਰਨ ਦੀ ਸ਼ਮਤਾ ਹੈ ਉਹਨੂੰ ਆਪਾਂ ਵਧਾਉਣਾ ਹੈ। ਅਤੇ ਜਦੋਂ ਵੀ ਯੂਰਿਕ ਐਸਿਡ ਵੱਧ ਜਾਏ ਤਾਂ ਤੁਸੀਂ ਉਸ ਵੇਲੇ ਸਭ ਤੋਂ ਪਹਿਲਾਂ ਪਰਹੇਜ਼ ਕਰਨੇ ਆ। ਪਰਹੇਜ਼ ਕਾਹਦੇ ਕਰਨੇ ਆ? ਪ੍ਰੋਟੀਨ ਡਾਇਟ, ਯਾਨੀ ਤਮਾਮ ਦਾਲਾਂ, ਛੋਲੇ, ਰਾਜਮਾਂਹ, ਕੜੀ, ਪਕੌੜੇ, ਨੌਨ ਵੈਜ, ਵਿਸਕੀ, ਖਾਸ ਕਰ ਮੈਂ ਪੰਜਾਬੀਆਂ ਨੂੰ ਤਾਂ ਪਲੀਜ਼ ਕਹੂੰਗਾ, ਬਹੁਤ ਜ਼ਿਆਦਾ ਸਾਡੇ ਪੰਜਾਬ 'ਚ ਵਿਸਕੀ ਤੋਂ ਬਗੈਰ ਗੱਲ ਬਣਦੀ ਨਹੀਂ ਹੈ। ਪਰ ਵਿਸਕੀ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਤਕਲੀਫ ਹੈ ਪਲੀਜ਼ ਵਿਸਕੀ ਬਿਲਕੁਲ ਬੰਦ ਕਰਨੀ, ਅਲਕੋਹਲ ਬਿਲਕੁਲ ਨਹੀਂ ਲੈਣੀ। ਉਸ ਤੋਂ ਇਲਾਵਾ ਚਾਵਲ, ਚੌਲ, ਠੀਕ ਹੈ, ਔਰ ਸਮੋਕਿੰਗ, ਇਹਨਾਂ ਦਾ ਪੂਰਾ ਪਰਹੇਜ਼ ਕਰਨਾ ਹੈ। ਮੈਂ ਕਹਿੰਦਾ ਜਦੋਂ ਤੁਸੀਂ ਪਰਹੇਜ਼ ਕਰ ਲਿਆ ਅੱਗੇ ਤਾਂ ਤੁਸੀਂ ਵੈਸੇ ਠੀਕ ਹੋਵੇ, ਰਾਈਟ? ਹੁਣ ਆਪਾਂ ਗੱਲ ਕਰਦੇ ਹਾਂ ਹੋਮ ਰੈਮਿਡੀ ਦੀ, ਕਿ ਹੋਮ ਰੈਮਿਡੀ, ਬੈਸਟ ਹੋਮ ਰੈਮਿਡੀ ਕਿਆ ਹੋ ਸਕਦੀ ਹੈ? ਇਹਦੇ 'ਚ ਤੁਹਾਨੂੰ ਦੋ ਚੀਜ਼ਾਂ ਦੀ ਲੋੜ ਹੈ। ਇਸ ਹੋਮ ਰੈਮਿਡੀ ਦੇ ਅੰਦਰ ਆਪਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਲੈਣੀ ਹੈ ਉਹ ਲੈਣੀ ਹੈ ਅਜਵਾਇਨ, ਰਾਈਟ? ਔਰ ਦੂਜੀ ਚੀਜ਼ ਜਿਹੜੀ ਹੈ ਉਹ ਹੈ ਅਦਰਕ। ਜਵੈਨ ਜਿਹੜੀ ਹੈ ਬਿਲਕੁਲ ਸਾਫ਼ ਸੁਥਰੀ ਬਾਜ਼ਾਰ ਤੋਂ ਲੈ ਕੇ ਆਉਣਾ, ਉਹਦਾ ਇੱਕ ਚਮਚਾ ਤੁਸੀਂ ਰਾਤ ਨੂੰ ਕੱਚ ਦੇ ਗਲਾਸ 'ਚ ਇੱਕ ਗਲਾਸ ਪਾਣੀ ਲੈ ਕੇ ਔਰ ਉਹਦੇ ਅੰਦਰ ਉਹ ਪਾ ਦੇਣਾ, ਔਰ 1 ਇੰਚ ਦਾ ਟੁਕੜਾ ਅਦਰਕ ਦਾ ਧੋ ਕੇ ਛਿੱਲ ਕੇ ਅੱਛੀ ਤਰ੍ਹਾਂ ਉਹਦੇ ਅੰਦਰ ਪਾ ਦੇਣਾ। ਸਵੇਰੇ ਉੱਠ ਕੇ ਉਸ ਪਾਣੀ ਨੂੰ ਆਪਾਂ ਫਿਲਟਰ ਕਰਕੇ ਸਵੇਰੇ ਖਾਲੀ ਪੇਟ ਪੀਣਾ ਹੈ, ਔਰ 1 ਤੋਂ 1.5 ਘੰਟੇ ਤੱਕ ਕੁਛ ਨਹੀਂ ਖਾਣਾ ਪੀਣਾ, ਰਾਈਟ? ਔਰ ਇੱਕ ਔਰ ਬਸ ਸਵੇਰੇ ਖਾਲੀ ਪੇਟ ਹੀ ਪੀਣਾ, ਠੀਕ ਹੈ? 10 ਦਿਨ ਕਰਨਾ, 1 ਦਿਨ ਦਾ ਗੈਪ ਦੇ ਦੇਣਾ, ਫਿਰ 10 ਦਿਨ ਕਰਨਾ, ਫਿਰ 1 ਦਿਨ ਦਾ ਗੈਪ ਦੇ ਦੇਣਾ, ਰਾਈਟ? ਇਸ ਤਰੀਕੇ ਨਾਲ ਜੇ ਤੁਸੀਂ ਕਰੋਗੇ ਤੁਸੀਂ ਦੇਖੋਗੇ ਬਹੁਤ ਜਲਦੀ ਯੂਰਿਕ ਐਸਿਡ ਦੀ ਸਮੱਸਿਆ ਤੋਂ ਨਿਜਾਤ ਪਾਓਗੇ, ਨਾਲ ਪਰਹੇਜ਼ ਜ਼ਰੂਰ ਰੱਖਣਾ, ਰਾਈਟ? ਇਸ ਤੋਂ ਇਲਾਵਾ ਤੁਸੀਂ ਪਾਣੀ ਗਰਮ ਪੀਣਾ,
ਦਿਨ 'ਚ ਜਦੋਂ ਵੀ ਪਾਣੀ ਪੀਣਾ, ਜਿਹਨਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਨਾ, ਉਹਨਾਂ ਨੂੰ ਗਰਮ ਪਾਣੀ ਪੀਣਾ ਚਾਹੀਦਾ। ਦਿਨ 'ਚ 3-4 ਵਾਰ ਉਬਲਿਆ ਹੋਇਆ ਪਾਣੀ ਕੱਚ ਦੇ ਕੱਪ 'ਚ ਪਾ ਕੇ, ਜਿਹੜਾ ਚਾਹ ਵਾਲਾ ਕੱਪ ਹੁੰਦਾ ਉਹਨੂੰ ਸਿਪ ਸਿਪ ਕਰਕੇ ਆਪਾਂ ਪੀਣਾ। ਇਸ ਗੱਲ ਦਾ ਖਿਆਲ ਰੱਖਣਾ, ਰਾਈਟ। ਔਰ ਜਿਹਨਾਂ ਕੋਲ ਸਮੇਂ ਦੀ ਤਕਲੀਫ ਹੈ ਕਿ ਨਹੀਂ ਆਪਾਂ ਇੰਨਾ ਕਰ ਸਕਦੇ, ਬਹੁਤ ਔਖਾ ਹੈ, ਉਹਨਾਂ ਵਾਸਤੇ ਅਸੀਂ ਖਾਸ ਪ੍ਰੋਡਕਟ ਤਿਆਰ ਕੀਤਾ ਹੋਇਆ, ਯੂਰੀਨਾਸ਼ਕ ਰਿਸਰਚ ਕਰਕੇ ਤਿਆਰ ਕੀਤਾ, ਜਿਹਦੇ ਅੰਦਰ ਸਭ ਤੋਂ ਪਹਿਲੀ ਜਿਹੜੀ ਚੀਜ਼ ਪਾਈ ਜਾਂਦੀ ਹੈ ਅਜਵਾਇਨ। ਅਜਵਾਇਨ ਮੈਂ ਤੁਹਾਨੂੰ ਹੋਮ ਰੈਮਡੀ 'ਚ ਵੀ ਦੱਸੀ, ਇਹਦੇ 'ਚ ਵੀ ਅਸੀਂ ਪਾਈ ਹੈ, ਰਾਈਟ। ਅਜਵਾਇਨ ਬਹੁਤ ਜ਼ਬਰਦਸਤ ਚੀਜ਼ ਹੈ ਔਰ ਯੂਰਿਕ ਐਸਿਡ ਵਾਸਤੇ ਤਾਂ ਕਮਾਲ ਦੀ ਚੀਜ਼ ਹੈ। ਦੂਸਰੀ ਚੀਜ਼ ਜਿਹੜੀ ਅਸੀਂ ਪਾਈ ਹੈ ਗੋਖਰੂ। ਗੋਖਰੂ ਕਿਡਨੀ ਦੀ ਫਿਲਟਰੇਸ਼ਨ ਨੂੰ ਵਧਾ ਦਿੰਦਾ, ਗੋਖਰੂ ਕਿਡਨੀ ਨੂੰ ਸਾਫ ਕਰਦਾ। ਮਾੜਾ ਮੋਟਾ ਰੇਤੇ ਦੀ ਤਾਂ ਪ੍ਰਵਾਹ ਹੀ ਨਹੀਂ ਕਰਦਾ, ਰੇਤਾ ਨਿਕਲ ਜਾਂਦਾ, ਕਿਡਨੀਆਂ ਪੁਸ਼ਟ ਹੋ ਜਾਂਦੀਆਂ, ਸਾਫ ਹੋਣੀਆਂ ਸ਼ੁਰੂ ਹੋ ਜਾਂਦੀਆਂ, ਫੰਕਸ਼ਨਿੰਗ ਵੱਧ ਜਾਂਦੀ ਹੈ ਔਰ ਸਰੀਰ ਜਿਹੜਾ ਉਹਨੂੰ ਵੀ ਤਾਕਤ ਦਿੰਦਾ, ਰਾਈਟ। ਯੂਰਿਕ ਐਸਿਡ ਵਾਸਤੇ ਬਿਹਤਰੀਨ ਚੀਜ਼ ਹੈ। ਤੀਸਰੀ ਚੀਜ਼ ਮੇਥੀ ਦਾਣਾ। ਮੇਥੀ ਦਾਣਾ ਹਾਈ ਬੀ ਪੀ ਵਾਲਿਆਂ ਵਾਸਤੇ ਵੀ ਅੱਛੇ, ਡਾਇਬਟੀਜ਼ ਵਾਲੇ ਪੇਸ਼ੈਂਟਸ ਵਾਸਤੇ ਵੀ ਅੱਛਾ, ਯੂਰਿਕ ਐਸਿਡ ਦੇ ਪੇਸ਼ੈਂਟਸ ਵਾਸਤੇ ਵੀ ਅੱਛਾ, ਠੀਕ ਹੈ। ਮੇਥੀ ਦੇ ਜਿੰਨੇ ਮਰਜ਼ੀ ਗੁਣ ਗਾਲੀਏ ਉਨੇ ਘੱਟ ਹੈ, ਹਾਲਾਂਕਿ ਜੋੜਾਂ ਦੇ ਦਰਦਾਂ 'ਚ ਬਿਹਤਰੀਨ ਕੰਮ ਕਰਦਾ। ਜਿਹਨਾਂ ਨੂੰ ਜੁਆਇੰਟ ਪੇਨ ਹੈ, ਗੋਡੇ 'ਚ ਦਰਦ ਹੋ ਰਿਹਾ, ਕਿਤੇ ਵੀ ਜੁਆਇੰਟ 'ਚ ਪੇਨ ਆ ਰਿਹਾ, ਮੇਥੀ ਦਾਣਾ ਅਸੀਂ ਇਹਦੇ ਅੰਦਰ ਪਾਇਆ, ਉਹਦਾ ਇਸਤੇਮਾਲ ਜਦੋਂ ਤੁਸੀਂ ਕਰੋਗੇ ਇਸ ਫਾਰਮੂਲੇ 'ਚ, ਬਹੁਤ ਜ਼ਬਰਦਸਤ ਜ਼ੋਰਦਾਰ ਅਸਰ ਆਏਗਾ, ਠੀਕ ਹੈ। ਚੌਥੀ ਚੀਜ਼ ਜਿਹੜੀ ਅਸੀਂ ਇਹਦੇ ਅੰਦਰ ਪਾਈ ਹੈ ਉਹ ਹੈ ਅਜਮੋਦ। ਅਜਮੋਦ ਤ੍ਰਿਦੋਸ਼ ਨਾਸ਼ਕ ਹੁੰਦਾ, ਯਾਨੀ ਕਿ ਵਾਤ ਪਿੱਤ ਕਫ ਤਿੰਨਾਂ ਚੀਜ਼ਾਂ ਨੂੰ ਬੈਲੈਂਸ ਕਰਕੇ ਰੱਖਦਾ, ਰਾਈਟ। ਔਰ ਜਿੰਨੀਆਂ ਵੀ ਤਕਲੀਫਾਂ ਯੂਰਿਕ ਐਸਿਡ ਦੇ ਰਿਲੇਟਡ ਹੈ ਉਹਨਾਂ ਨੂੰ ਠੀਕ ਕਰਨ 'ਚ ਤੁਹਾਡੀ ਮਦਦ ਕਰਦਾ। ਪੰਜਵੀਂ ਚੀਜ਼ ਜਿਹੜੀ ਅਸੀਂ ਇਹਦੇ ਅੰਦਰ ਪਾਈ ਹੈ ਉਹ ਹੈ ਗਿਲੋਏ। ਗਿਲੋਏ ਦੇ ਤਾਂ ਜਿੰਨੇ ਗੁਣ ਗਾਈਏ ਉਨੇ ਘੱਟ ਹੈ। ਗਿਲੋਏ ਬੁਖਾਰ 'ਚ ਵੀ ਦੇ ਦਿੰਦੇ ਹੈ, ਜੋੜਾਂ ਦੇ ਦਰਦਾਂ 'ਚ ਵੀ ਦੇ ਦਿੰਦੇ ਹੈ, ਈਵਨ ਲਿਵਰ ਫੰਕਸ਼ਨਿੰਗ ਦੇ ਵਾਸਤੇ ਵੀ ਦੇ ਦਿੰਦੇ ਹੈ, ਕਿਡਨੀ ਨੂੰ ਠੀਕ ਕਰਨ ਵਾਸਤੇ ਵੀ ਦੇ ਦਿੰਦੇ ਹੈ। ਬਹੁਤ ਸਾਰੀਆਂ ਚੀਜ਼ਾਂ 'ਚ ਕੰਮ ਆਉਂਦੀ ਹੈ ਗਿਲੋਏ, ਰਾਈਟ। ਇਹ ਇਸ ਤਰੀਕੇ ਦਾ ਕੰਬੀਨੇਸ਼ਨ ਬਣਾਇਆ ਕਿ ਜਿਹਨਾਂ ਕੋਲ ਸਮੇਂ ਦੀ ਤਕਲੀਫ ਹੈ ਉਹ ਅੱਧਾ ਅੱਧਾ ਚਮਚਾ ਸਵੇਰੇ ਸ਼ਾਮ ਖਾ ਲੈਣ, ਮੈਂ ਕਹਿੰਦਾ ਉਸ ਤੋਂ ਬਾਅਦ ਯੂਰਿਕ ਐਸਿਡ ਨੂੰ ਭੁੱਲ ਹੀ ਜਾਓਗੇ। ਔਰ ਨਾਲ ਥੋੜ੍ਹਾ ਲਾਈਫ ਸਟਾਈਲ ਚੇਂਜ ਕਰਕੇ ਰੱਖੋ, ਠੀਕ ਹੈ। ਥੋੜ੍ਹੀ ਐਕਸਰਸਾਈਜ਼ ਕਰੋ ਔਰ ਪਰਹੇਜ਼ ਜ਼ਰੂਰ ਕਰੋ ਔਰ ਫਿਰ ਦੇਖੋ ਕਮਾਲ, ਰਾਈਟ। ਅਤੇ ਇਸ ਤਰੀਕੇ ਨਾਲ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਜਿਨ੍ਹਾਂ ਦੇ ਕੋਲ ਸਮੇਂ ਹੈ। ਅਤੇ ਇੱਕ ਚੀਜ਼ ਜ਼ਰੂਰ ਐਡ ਕਰਨ, ਉਹ ਹੈ ਜਿਹੜਾ ਮੈਜੀਕਲ ਗ੍ਰੇਨ ਮੈਂ ਕਹਿ ਰਿਹਾ ਸੀਗਾ ਕਿ ਜਾਦੂਈ ਅਨਾਜ ਮੈਂ ਤੁਹਾਨੂੰ ਦੱਸਾਂਗਾ, ਉਹ ਹੈ ਜਵਾਰ। ਜਵਾਰ ਠੰਡੇ ਹੁੰਦੇ ਹੈ, ਤ੍ਰਿਦੋਸ਼ ਨਾਸ਼ਕ ਹੁੰਦੇ ਹੈ, ਠੀਕ ਹੈ। ਔਰ ਜਿਹੜਾ ਜਵਾਰ ਹੈ ਉਹਦੀ ਤੁਸੀਂ ਰੋਟੀ ਬਣਾ ਕੇ ਦੁਪਹਿਰੇ ਗਰਮ ਗਰਮ ਰੋਟੀ ਉਹਨੂੰ ਤੁਸੀਂ ਦਹੀਂ 'ਚ ਪਾ ਲੈਣਾ, ਠੀਕ ਹੈ। ਗਰਮ ਗਰਮ ਰੋਟੀ ਨੂੰ ਤਾਜ਼ੇ ਦਹੀਂ 'ਚ ਪਾ ਲੈਣਾ। ਦਹੀਂ ਲੋਅ ਫੈਟ ਵਾਲਾ ਹੋਣਾ ਚਾਹੀਦਾ, ਬਿਲਕੁਲ ਪਿਓਰ ਮੱਝ ਦਾ ਜੰਮਿਆ ਹੋਇਆ ਨਹੀਂ ਚਾਹੀਦਾ, ਗਾਂ ਦਾ ਲੈ ਲਓ ਸਭ ਤੋਂ ਵਧੀਆ। ਲੋਅ ਫੈਟ ਹੋਣਾ ਚਾਹੀਦਾ, ਉਸ ਦਹੀਂ ਦੇ ਵਿੱਚ ਪਾ ਕੇ ਥੋੜ੍ਹੀ ਦੇਰ ਰੱਖ ਕੇ ਉਸ ਤੋਂ ਬਾਅਦ ਉਸ ਰੋਟੀ ਨੂੰ ਖਾਓ, ਦੁਪਹਿਰੇ ਇੱਕ ਵਾਰ ਬਹੁਤ ਹੈ, ਠੀਕ ਹੈ। ਔਰ ਤੁਸੀਂ ਇਹ ਦੇਖੋਗੇ ਕਿ ਜਦੋਂ 2-3 ਹਫ਼ਤੇ 4 ਹਫ਼ਤੇ ਦਾ ਇਸਤੇਮਾਲ ਕਰੋਗੇ ਇਹ ਯੂਰਿਕ ਐਸਿਡ ਨੂੰ ਉਹਦਾ ਖਾਤਮਾ ਕਰਨ 'ਚ ਬਹੁਤ ਮਦਦ ਕਰੇਗਾ, ਠੀਕ ਹੈ। ਜਿਹਨਾਂ ਨੂੰ ਜਲਣ ਹੁੰਦੀ ਹੈ ਪਿਸ਼ਾਬ 'ਚ ਉਹਨੂੰ ਵੀ ਠੀਕ ਕਰੇਗਾ, ਕਿਡਨੀ ਦੀ ਫੰਕਸ਼ਨਿੰਗ ਨੂੰ ਵੀ ਅੱਛਾ ਕਰੇਗਾ। ਜਵਾਰ ਠੰਡਾ ਹੁੰਦਾ ਹੈ, ਤ੍ਰਿਦੋਸ਼ ਨਾਸ਼ਕ ਹੈ, ਠੀਕ ਹੈ। ਅਤੇ ਇਸ ਤਰੀਕੇ ਨਾਲ ਜੇ ਇਹਨਾਂ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰੋਗੇ ਡੈਫੀਨੇਟਲੀ ਯੂਰਿਕ ਐਸਿਡ 'ਚ ਆਰਾਮ ਆਏਗਾ। ਔਰ ਜੇ ਵੀਡੀਓ ਅੱਛਾ ਲੱਗੇ, ਤੁਹਾਨੂੰ ਲੱਗੇ ਕਿ ਕੁਛ ਸਿੱਖਿਆ ਔਰ ਅੱਗੇ ਵੀ ਅਸੀਂ ਕਿਸੇ ਨੂੰ ਅੱਛਾ ਸਿਖਾ ਸਕਦੇ ਹਾਂ, ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਤਾਂ ਕਿ ਹਰ ਇਨਸਾਨ ਦਾ ਸਭ ਦਾ ਭਲਾ ਹੋ ਸਕੇ। ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ, ਆਪਣਾ ਪਿਆਰ ਦੇਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ ਐਵਰੀਵਨ, ਖੁਸ਼ ਰਹੋ।